ਹੈਲੋ ਜੀ, ਪਾਣੀ ਪੀ ਲਓ। ਪਤਾ ਕਿ ਨਿੰਬੂ ਪਾਣੀ ਬਣਾਉਣ ਲੱਗ ਗਈ, ਬੜਾ ਟਾਈਮ ਲੱਗਦਾ ਜੀ ਪਾਣੀ। ਉਹ ਵੀ ਬਣਾ ਕੇ ਲਿਆ ਦਣੀ ਤੁਹਾਨੂੰ ਪੀਣਾ, ਦੱਸੋ। ਪੀ ਲਾਂਗੇ ਯਾਰ, ਬੁਖਾਰ ਜਿਹਾ ਹੋਇਆ ਪਿਆ ਸਰੀਰ 'ਚ, ਗਰਮੀ ਬੰਨੀ ਹੋਣਾ। ਤੂੰ ਦਵਾਈ ਲਿਆਓ। ਉਹ ਦਵਾਈ ਤਾਂ ਲਿਆਂਦੀ ਸੀ, ਟੀਕਾ ਲਵਾ ਲਿਆ ਜਾਂਦਾ ਉਹਦਾ। ਮੰਨੂ ਨੂੰ ਕਹਿ ਕੇ ਆਇਆ ਮੈਂ ਯਾਰ, ਮੱਕੀ ਜੀ ਵਾਲਾ ਕਰਦੇ ਤਿਆਰ, ਤਾਂ ਖੇਤੋਂ ਆ ਗਿਆ ਪਤਾ। ਮੱਕੀ ਵਾਲਾ ਕਰੀ ਜਾਂਦੇ ਤਿਆਰ ਬੀਜ ਕੇ, ਉਹ ਤੋਂ ਬਾਅਦ ਵਿਹਲੇ ਹਾਂ, ਫਿਰ ਤਾਂ ਝੋਨੇ ਵੇਲੇ ਜਾਊਗਾ ਜੀ। ਮੈਂ ਆਪਣੇ ਤਾਂ ਨਹੀਂ ਬੋਲਦੇ, ਟਿੱਗ ਹੀ ਮਨਿੰਦਰ ਹੁਣ ਪੈਸੇ ਲੈ ਕੇ। ਪੈਸਿਆਂ ਦੀ ਗੱਲ ਤਾਂ ਟਿੱਗੀ ਹੈ ਜੀ, ਇਹਨੇ ਹੋਰ ਜਿੰਜੜ ਛੇੜ ਲਈ। ਹੁਣ ਕੀ ਦੱਪ ਕੱਢ ਲਿਆ? ਮੈਨੂੰ ਮੰਮੀ ਨੇ ਐਂ ਕਹਿਤਾ ਸੀ, ਕੱਲੀ ਇਹਦੇ ਵਿੱਚ ਪਾਲਣ ਵਾਸਤੇ ਪੁੱਛ ਲਾ ਰਿਸ਼ਤੇ ਦਾ, ਵੀ ਆਪਣੇ ਕੁਲਦੀਪ ਨੂੰ ਕਰਵਾ ਦਾਂਗੇ। ਉਹ ਮੈਂ ਤਾਂ ਗਲਤੀ ਕਰ ਲਈ, ਪੁੱਛ ਕੇ ਤਾਂ ਰੌਲਾ ਹੀ ਪਾਉਣ ਲੱਗ ਗਈ, ਇੰਨਾ ਕੁਛ ਸੁਣਾ ਗਈ ਮੈਨੂੰ। ਯਾਰ ਕਿਉਂ ਉੱਜੜੀਆਂ ਖੱਡਾਂ 'ਚ ਪਾਣੀ ਪਾਉਣੇ ਹੁੰਦੇ ਹੋ? ਐਂ ਪਹਿਲਾਂ ਤੂੰ ਐਂ ਦੇਖ ਲੈ, ਹੈਗੀ ਆ ਕੱਟਣ ਵਾਲੀ, ਜੇ ਕੱਟਣ ਵਾਲੀ ਹੁੰਦੀ ਤਾਂ ਉੱਥੋਂ ਕੋਈ ਸਮਾਨ ਚੱਕਦੇ ਇਹਦਾ। ਕੀ ਪਤਾ ਹੁਣ ਆਪਾਂ ਨੂੰ ਵੀ ਚੱਲੀ ਗੱਲ ਕੀ ਸੀ, ਅਗਲੇ 'ਚ ਗਲਤੀ ਸੀ ਕਿ ਇਹਦੇ 'ਚ ਸੀ, ਕੀ ਕਰਾਉਣਾ ਇਹ ਜੀ ਤੋਂ? ਇਹਦੂ ਤਾਂ ਨਾ ਹੋਵੇ ਤਾਂ ਹੀ ਚੰਗਾ। ਮੈਂ ਤਾਂ ਪਹਿਲੇ ਹੀ ਕਿਹਾ ਸੀ ਮੰਮੀ ਨੂੰ ਵੀ ਆਪਾਂ ਕੀ ਕਰਨਾ। ਮੰਮੀ ਕਹਿੰਦੇ ਕੁੜੀ ਸਿਆਣੀ ਆ, ਕਹਿੰਦੀ ਗੱਲ ਕਰਕੇ ਵੇਖ ਲਈ। ਮੈਂ ਤਾਂ ਮੰਮੀ ਦੇ ਕਹਿਣ ਤੇ ਗੱਲ ਕਰ ਲਈ, ਨਹੀਂ ਮੈਂ ਕਿੱਥੋਂ ਕਰਦੀ ਸੀ। ਉਹਦੇ ਸਿੱਕੇ ਦਾ ਇੱਕ ਪਹਿਲੂ ਨਹੀਂ ਦੇਖੀਦਾ ਹੁੰਦਾ, ਦੋਨੇ ਪਾਸੇ ਦੇਖੀ ਜਾਂਦਾ, ਦੋ ਪਹਿਲੂ ਹੁੰਦੇ ਆ ਸਿੱਕੇ ਦੇ। ਕਿਹੜੇ ਪਾਸੇ ਚੰਗੀ ਦੇਖ ਲਈ ਮੰਮੀ? 2 ਘੰਟੇ ਆਉਂਦੀ ਆ, 2 ਘੰਟੇ ਹੀ ਦੇਖ ਗਈ ਵੀ ਚੰਗੀ ਹੈ। ਪਤਾ ਨਹੀਂ ਗਾ, ਮੈਂ ਤਾਂ ਮੰਮੀ ਨੂੰ ਪਹਿਲੇ ਹੀ ਕਿਹਾ ਸੀ ਵੀ ਆਪਣੇ ਕਪੜੇ ਨੂੰ ਕਿਹੜਾ ਰਿਸ਼ਤੇ ਦਾ ਘੱਟ ਹੈ। ਉਹੀ ਗੱਲ ਆ, ਬਾਕੀ ਕੋਈ ਨਹੀਂ, ਹੋਰ ਸਾਲ ਠਹਿਰ ਕੇ ਹੋ ਜੂ, ਐਡੀ ਕੀ ਗੱਲ ਆ, ਇੱਕ ਵਾਰੀ ਕੁੜੀ ਦਾ ਲੈ ਲਿਓ ਰਿਸ਼ਤਾ, ਲੈਣਾ ਹੀ ਆ, ਜ਼ਰੂਰੀ ਆ ਕੋਈ ਛੱਡੀ ਵੀ ਦਾ ਲੈਣਾ। ਹਾਂ ਲਵਾਂਗੇ ਤਾਂ ਜੀ, ਹੁਣ ਕੁਵਾਰੀ ਦਾ ਇਹ ਤਾਂ ਬਸ ਹੁਣ ਗੱਲ ਕਰ ਲਈ ਮੈਂ ਤਾਂ। ਕਹਿੰਦੀ ਤੁਹਾਡੇ ਡੰਗਾਂ 'ਚ ਥੋੜ੍ਹੀ ਕਰਾਂਗੇ ਅਸੀਂ, ਕਹਿੰਦੀ ਇਹਨਾਂ ਕੋਲ ਇੰਨੀ ਜ਼ਮੀਨ ਹੈ, ਨੌਕਰੀ ਵਾਲੇ ਦੇ ਕਰਾਂਗੇ, ਜੇ ਕੋਈ ਇੰਨਾ ਕੁਛ ਬੋਲ ਪਏ ਮੇਰਾ ਦਿਮਾਗ ਹੀ ਖਰਾਬ ਕਰਤਾ ਉਹਨੇ। ਅੱਧੀ ਲੜਾਈ ਤਾਂ ਤੂੰ ਹੀ ਨੇਟੇ ਕਰ ਦਿੰਦੀ, ਤੈਨੂੰ ਕੀ ਲੋੜ ਸੀ ਐਵੇਂ ਪੁੱਛਣ ਦੀ, ਕਰਤਾ ਦਿਮਾਗ ਖਰਾਬ ਤੇਰਾ ਗਾਂ ਦੀ, ਜਦੋਂ ਪੰਗੇ ਲੈਂਗੀ ਅਗਲਾ ਤਾਂ ਬੋਲੂਗਾ ਹੀ ਨਾ। ਮੈਂ ਕੀ ਕਲੇਸ਼ ਕਰਦੀ ਹਾਂ, ਮਨਿੰਦਰ ਕਰਦੀ ਹੈ, ਉਧਰੋਂ ਲਾਡੀ ਹੈ, ਲਾਡੀ ਤਾਂ ਮੈਨੂੰ ਬੋਲਣ ਲੱਗ ਗਿਆ ਨਾ, ਉਹਦਾ ਕੀ ਮਤਲਬ ਹੈ ਮੈਨੂੰ ਇੰਨਾ ਕੁਛ ਬੋਲਣ ਦਾ? ਉਹ ਲਾਡੀ ਨੇ ਤਾਂ ਹੁਣ ਆਪਦੇ ਪਰਿਵਾਰ ਦੀ ਸੁਣਨੀ ਆ, ਜਦੋਂ ਲੜਾਈ ਤੂੰ ਸ਼ੁਰੂ ਕਰਾਤੀ ਐਵੇਂ ਉਹਦਾ ਬੋਲਣਗੀ, ਐਵੇਂ ਤੁਸੀਂ ਵੀ ਯਾਰ ਬਸ ਰਹਿੰਦੀਆਂ ਨਹੀਂ ਢੱਕੀਆਂ। ਹਾਂ ਹੁਣ ਤੁਸੀਂ ਮੈਨੂੰ ਬੋਲਣ ਲੱਗ ਜਾਓ, ਮੇਰੇ ਤੋਂ ਨਹੀਂ ਮਨਿੰਦਰ ਦੇ ਕੋਈ ਕੰਮ ਹੁੰਦੇ, ਨਾਲੇ ਇਹਨਾਂ ਦੇ ਕੰਮ ਕਰੋ ਤੇ ਨਾਲੇ ਇਹਨਾਂ ਦੇ ਸੁਣੋ, ਮੈਂ ਨਹੀਂ ਕਰਦੀ ਕੋਈ ਵੀ ਕੰਮ ਕੁੰਮ। ਯਾਰ ਤੂੰ ਨਾ ਕਰ ਕੰਮ ਨੂੰ, ਦੱਸ ਇੱਥੇ ਭਾਵੇਂ ਦਾ ਪਹਾੜੋਂ ਪੱਥਰ ਲਿਆਉਣ, ਰੋਟੀਆਂ ਦੋ ਆ, ਝਾੜੂ ਪੋਚਾ ਇਸ ਵਿੱਚ ਝੱਜੂ ਪਾਈ ਆ ਮੈਨੂੰ ਯਾਰ। ਮੇਰੇ ਤਾਂ ਇਹ ਵੀ ਨਹੀਂ ਹੁੰਦਾ ਉਹਨਾਂ ਦਾ ਕੰਮ। ਉਹ ਬਸ ਨਾ ਕਰ ਯਾਰ, ਅਧਾ ਅੱਡ ਹੋ ਜਾਓ, ਨਹੀਂ ਤਾਂ ਹੁੰਦਾ ਦਾ। ਮੈਂ ਤਾਂ ਐਂ ਇਕੱਠੇ ਕਰੇ ਸੀ, ਮੈਂ ਕਿਹਾ ਚੱਲ ਕੋਈ ਲਾ ਲਓਗੇ ਇੱਕ, ਕੱਟ ਲਓਗੇ ਇਕੱਠੇ, ਪਰ ਕਿੱਥੇ ਇਕੱਠੇ ਫਿਰ ਉਹ ਰਹਿ ਗਏ ਵੀ ਰਵੇ, ਜਦੋਂ ਉਂਗਲਾਂ ਦਾ ਪੁੱਠਗਾ ਤੁਸੀਂ ਦਿੰਦੇ ਹੋ, ਤੁਹਾਡਾ ਕੀ ਤਾਂ ਕੰਮ ਖੜਾ ਗਿਆ ਵੀ ਅਗਲੇ ਦੇ ਰਿਸ਼ਤੇ ਨੂੰ ਪੁੱਛਣ ਨੂੰ। ਚੱਲ ਜੇ ਨਹੀਂ ਕਰਨਾ ਸੀ ਹੁਣ ਕਹਿ ਸਕਦੀ ਸੀਗੀ, ਇੰਨਾ ਰੌਲਾ ਪਾਉਣ ਦੀ ਕੀ ਗੱਲ ਸੀ? ਗਾ ਮੈਂ ਲਾਡੀ ਨੂੰ ਦੱਸਦਾ, ਪਤਾ ਹੀ ਆ ਸੁਭਾਅ ਦਾ ਤਾਂ ਪਤਾ ਨਾ ਨਿੱਕੀ ਜੀ ਗੱਲ ਨੂੰ ਕਿੰਨਾ ਹੋਊਗਾ ਬਣਾ ਦਿੰਦੀ ਆ ਉਹ ਗੱਲ ਦਾ। ਚੱਲ ਮਾਰੀ ਜਾਂ ਨਹੀਂ ਆ, ਚੰਗਾ ਯਾਰ ਤੁਸੀਂ ਵੀ ਹੁਣ ਮੈਨੂੰ ਬੋਲਣ ਲੱਗ ਜਾਓ। ਉਹ ਯਾਰ ਜਾ ਕੋਈ ਚਾਹ ਪਾਣੀ ਤਾਂ ਕਰਦੇ ਯਾਰ, ਲੈ ਜਾ ਖੇਤ, ਪਹਿਲਾਂ ਸਿਰ ਦੁਖੀ ਜਾਂਦਾ। ਨਾਲੇ ਲਾਡੀ ਨੂੰ ਕਹਿ ਦਿਓ ਮੈਨੂੰ ਨਾ ਬੋਲਿਆ ਕਰੇ। ਚਾ ਕੋਈ ਨਾਲੇ ਉਹ ਬੇਬੇ ਨੂੰ ਕਹੀ, ਉਹਨੂੰ ਕਹਿ ਪੈਸੇ ਜੇ ਪੁੱਛ ਮੈਂ ਮੈਨੂੰ ਜਿਹੜੇ ਦਿੱਤੇ ਸੀ। ਸਿਖਰ ਦੁਪਹਿਰਾ ਕੋਈ ਲੈਣ ਵੀ ਨੀ ਗਿਆ, ਕੁੰਡਾ ਤਾਂ ਖੋਲ ਕੇ ਰੱਖਿਆ ਕਰੋ ਭੈਣੇ। ਹੋ ਲੈ ਘਰੇ ਗੱਡੀ ਖੜੀ ਹੈ, ਮੋਟਰਸਾਈਕਲ ਖੜਾ ਹੈ, ਸਕੂਟਰੀ ਖੜੀ ਹੈ, ਕਾਰ ਸਕੂਟਰੀ ਖੜੀ ਹੈ, ਮੈਂ ਤੁਹਾਡੇ ਤੋਂ ਤੁਰ ਕੇ। ਹੋਰ ਬਾਈ ਕਿਵੇਂ? ਪੁੱਛਣਾ ਮੈਂ ਤਾਂ ਬਾਈ, ਮੈਂ ਤਾਂ ਕਿਵੇਂ ਤੁਰ ਕੇ ਆਇਆ, ਤੂੰ ਫੋਨ ਕਰ ਦਿੰਦਾ ਬਾਈ ਜਾ। ਓਹੋ ਇਹ ਗਰਮੀ ਵਾਲਾ ਬੁਰਾ ਹਾਲ ਸੀ ਦੇਖੀ। ਪਾਣੀ ਲਿਆ ਕੇ ਦਿੰਦੀ, ਤੈਨੂੰ ਬੈਠ ਜਾ। ਪੰਥ ਕਾ ਕੁੱਤਾ ਬਹਿ ਗਿਆ ਮੈਨੂੰ ਗਲੀ ਇੱਧਰ ਤੇ ਹੋਰ ਸਾਰੇ ਦਾ ਸਾਰਾ ਮੇਰਾ। ਇੰਨੇ ਸਾਧਨ ਅੱਗ ਲੱਗਦੇ ਆ, ਤੈਨੂੰ ਲੈ ਜਾ ਚੜਾ ਲਿਆਉਂਦਾ। ਉਹ ਕੋਈ ਲਿਆ ਵੀ ਸਹੀ,
ਤੂੰ ਦੱਸਿਆ ਹੀ ਨਹੀਂ ਮੈਨੂੰ ਤਾਂ। ਬਸ ਕਿਹੜਾ ਇੱਧਰ ਦੀ ਆਈ ਆ, ਉਹ ਪਰਲੇ ਪਾਸੇ ਦੀ ਆ, ਉਹ ਕਰਕੇ ਵਗ ਗਿਆ ਪਤਾ ਨਹੀਂ ਇੱਥੇ ਰੈਲੀ ਵਾਲੇ ਫਿਰਦੇ ਹੈਗੇ ਤਾਂ ਕਰਕੇ ਤੇ ਰਾਹ ਹੀ ਬੰਦ ਕਰੀ ਬੋਟਾਂ ਵਾਲੇ ਫਿਰਦੇ ਨੇ। ਹਾਂ ਬੋਟਾਂ ਵਾਲੇ ਚੱਕ ਕੇ ਰਾਹ ਬੰਦ ਕਰਤਾ। ਹੁਣ ਮੈਂ ਇੱਧਰਲੇ ਪਾਸੇ ਦੀ ਉਹ ਬੱਸ ਵਾਲੇ ਤਾਰ ਗਏ, ਉਹ ਸਿੱਧਾ ਤੁਰ ਕੇ ਆਉਣ ਲੱਗੇ। ਮੈਂ ਤਾਂ ਮੁੰਡੇ ਨੂੰ ਇੱਕ ਰੋਕਿਆ, ਮੈਂ ਬਾਈ ਆ ਚੜਾ ਕੇ ਲੈ ਜਾਵਾਂ ਖਾ ਉਹਨੂੰ ਉੱਥੇ ਤਾਰ ਦੀ। ਉਹ ਕਹਿੰਦਾ ਮਾਮਾ ਤੂੰ, ਮੈਂ ਕਿਹਾ ਹਾਂ। ਕਹਿੰਦਾ ਤੈਨੂੰ ਨਹੀਂ ਚੜਾਉਣਾ। ਮੈਂ ਕਿਹਾ ਲੈ ਨਹੀਂ ਚੜਾਉਣਾ ਨਾ ਸਹੀ, ਮੈਂ ਕਿਹਾ ਮੈਂ ਤੁਰ ਕੇ ਬਾਜੂ, ਐਡੀ ਕੋਈ ਵੱਡੀ ਗੱਲ ਨਹੀਂ ਹੈ। ਕਿਹੜਾ ਸੀ ਇਹ ਜਿਹਾ ਰੁੜ ਜਾਣਾ? ਪਤਾ ਨਹੀਂ ਕਿਹੜਾ ਤੁਹਾਡੇ ਪਿੰਡ ਦਾ, ਤੈਨੂੰ ਨਹੀਂ ਚੜਾਉਣਾ ਨਾ ਦੇਖ ਲੈ। ਹੋ ਗਰਮੀ ਗਰਮੀ ਇੱਥੇ ਤੁਰਿਆ ਵਾਂ ਤੁਰਿਆ ਵਾਂ। ਹਾਂ ਨਾਲ ਵਾਲੇ ਘਰ ਦੇ ਵਿੱਚ ਇੱਥੇ ਜਦੋਂ ਮੁੜਨ ਲੱਗਿਆ ਮੋੜ ਮੈਂ ਤੇ ਭੀੜੀ ਗਲੀ ਦੇ ਵਿੱਚ ਬੰਦ ਕਰ ਕੁੱਤਾ ਮੇਰੇ ਮਗਰ ਪੈ ਗਿਆ। ਇਹ ਤਾਂ ਨਾ ਸਾਰਾ ਦਿਨ ਬਾਹਰ ਹੀ ਕੱਢੀ ਰੱਖਦੇ ਆ। 20 ਵਾਰਾ ਕਿਹਾ ਵੀ ਭਾਈ ਆਪਦੇ ਕੁੱਤੇ ਨੂੰ ਬੰਨ ਕੇ ਰੱਖਿਆ ਕਰੋ, ਤਾਂ ਵੀ ਕਹਿਣੇ ਨਹੀਂ ਮੰਨਦੇ। ਅਗੇ ਸਾਰਾ ਦਿਨ ਅਸੀਂ ਅੰਦਰ ਕਿੱਥੇ ਬੰਦ ਕਰ ਲਈਏ? ਤੇ ਫਿਰ ਨਾ ਰੱਖੋ ਨਾ ਰੱਖੋ, ਕਿਹਾ ਕਿਹਨੇ ਤੁਹਾਨੂੰ ਕੁੱਤਾ ਰੱਖਣ ਨੂੰ? ਲੈ 10 ਮਿੰਟ ਤਾਂ ਹੁਣ ਤੂੰ ਫਿਕਰ ਹੀ ਲਾਤਾ ਵੀ ਤੁਰ ਕੇ ਆਇਆ ਐਡੀ ਦੂਰੋਂ। ਹੋਰ ਸਾਹ ਚੜ ਗਿਆ। ਕਾਲਾ ਤਾਂ ਹੈ ਹੀ ਨਹੀਂ ਸੀ ਘਰੇ, ਚੱਲ ਲਾਡੀ ਸੀ, ਮੈਂ ਉਹਨੂੰ ਭੇਜ ਦਾਂਦੀ। ਹੋਰ ਬਾਹ ਤਾਂ ਲੂ ਹੀ ਬੜੀ ਚੱਲੀ ਜਾਂਦੀ ਆ ਭਾਈ, ਬਾਹਲਾ ਬੁਰਾ ਹਾਲ ਕਰ ਰਹੀ ਆ। ਬਸ ਬਈ ਗਰਮੀ ਦਾ ਮਹੀਨਾ ਫਿਰ। ਤੇ ਹੋਰ ਦੱਸ ਸਾਰਾ ਕੰਮ ਕਾਰ ਮੁਕਾ ਲਿਆ ਤੂੰ? ਹਾਂ ਸਭ ਕੁਛ ਮੁਕਾਇਆ ਮੁਕੂਇਆ, ਕੋਈ ਪਾਣੀ ਪੂਣੀ ਕੋਈ ਠੰਡਾ ਪੱਤਾ ਕੁਛ ਦਿਓ ਮੈਨੂੰ। ਆਉਂਦੇ ਸਰ ਸਾਰਾ ਕੁਛ ਮੁਕਾ ਕੇ ਆਇਆ, ਹੁਣ ਮੈਂ ਤੇਰੇ ਕੋਲੇ ਘੱਟੋ ਘੱਟ 10-15 ਦਿਨ ਰਹਿ ਕੇ ਜਾਣਾ ਇੱਥੇ। ਚੱਲ ਆ ਵਧੀਆ, ਛੁੱਟੀ ਕਰਕੇ ਪਾਣੀ ਲੈ ਕੇ ਆਉਣੀ ਆ ਤੂੰ, ਬਹਿ ਜਾ। ਹਾਂ ਉਹ ਸੁੱਤੀਆਂ ਪਈਆਂ ਹੋਣੀਆਂ, ਚੱਲ ਉਹਨਾਂ ਨੂੰ ਵੀ ਬਾਜ਼ ਮਾਰ ਦੇ, ਤੈਨੂੰ ਪਾਣੀ ਲਿਆਰਾ। ਕੋਈ ਨਹੀਂ, ਹਾਏ ਓਏ ਰੱਬਾ ਯਾਰ, ਗਰਮੀਆਂ ਵਾਲਾ ਟਾਈਮ ਜੇ ਤਾਂ ਕਿਸੇ ਤੇ ਆਉਣਾ ਹੀ ਨਹੀਂ ਚਾਹੀਦਾ। ਐਂ ਨਾ ਹਵਾ ਚੱਲਦੀ ਹੋਵੇ, ਐਂ ਮੰਜੇ ਤੇ ਪੈਣਾ ਹੋਵੇ ਆਰਾਮਦਾਰੀ ਦੇ ਨਾਲ, ਨਾ ਕੋਈ ਕੰਮ ਕਰਨਾ ਹੋਵੇ, ਨਾ ਹੈ ਨਾ ਖਹਿ ਕੇ ਚੁੱਪ ਕਰਕੇ ਰੋਟੀ ਪਾਣੀ ਖਾ ਕੇ ਮੰਜੇ ਤੇ ਪੈ ਜਾਓ, ਸੌਂ ਜਾਓ ਆਰਾਮਦਾਰੀ ਨਾਲ, ਪੱਖਾ ਚੱਲਦਾ ਹੋਵੇ, ਤੂਤਾਂ ਦੀ ਛਾਂ ਹੋਵੇ, ਠੰਡੀ ਠੰਡੀ ਥੱਲੇ ਪਾਣੀ ਵਗਦਾ ਹੋਵੇ ਖਾ, ਤੇ ਫਿਰ ਨਜ਼ਾਰਾ ਆਉਂਦਾ ਮੈਨੂੰ ਤਾਂ। ਭਾਈ ਪਾਣੀ ਲੈ ਆ ਛੇਤੀ, ਸੱਚ ਆਹ ਨਾਲੇ ਮੈਂ ਕੇਲੇ 'ਚ ਲਿਆਇਆ ਸੀ, ਹੁਣ ਤਾਂ ਅੱਧੇ ਮੈਂ ਆਪ ਖਾ ਗਿਆ ਸੀ ਰਾਹ 'ਚ। ਫਿਰ ਚੱਲ ਮੈਂ ਚਾਰ ਕੁ ਬੱਚੇ ਆ ਤਾਂ ਇਹੋ ਕਰ ਲਿਆ, ਫੋਨ ਜਿਹਾ ਮੈਂ ਉਦੋਂ ਕੱਢ ਲਾ। ਇਹ ਤੇਰੀਆਂ ਜਵਾਕੜੀਆਂ ਤੇ ਨੂਹਾਂ ਖਾ ਲੈਣਗੀਆਂ ਭਾਈ। ਪਾਣੀ ਲੈ ਕੇ ਜਾਵਾਂ ਠੰਡਾ ਜਿਹਾ, ਸਾਰੀ ਕਰੀ ਜਾਂਦਾ ਤਾਂ। ਲੈ ਭਾਈ ਪਾਣੀ, ਉਹ ਬਰਫ਼ ਨਹੀਂ ਸੀ ਪਾਈ। ਅੱਛਾ, ਮੈਂ ਵਿੱਚ ਬਰਫ਼ ਪਾਉਣ ਲੱਗ ਗਈ ਸੀ, ਇਹਨਾਂ ਦੇ ਇਹੋ ਜਿਹੀ ਕੰਮ ਹੈ, ਤੈਨੂੰ ਪਤਾ ਹੀ ਹੈ ਇਹਨਾਂ ਦਾ। ਸੱਚੀ ਕਹਿਣ ਨੂੰ ਕੀ ਕਹਿਣਾ, ਆਪਾਂ ਕਹਿ ਦਿੰਦੇ ਹਾਂ ਫਲਾਨੀ ਗੱਲ ਆ, ਦੇਸੀ ਤਰੀਕੇ ਦੇ ਨਾਲ ਐਂ ਕਰਕੇ ਦੇਸੀ ਢੰਗ ਨਾਲ ਖਾ ਕੇ ਦੇਸੀ ਢੰਗ ਨਾਲ ਰਹੀਏ, ਸਾਦਾ ਖਾਣਾ ਸਾਦਾ ਖਾਣਾ, ਪਰ ਸੱਚੀ ਜੇ ਬਰਫ਼ ਨਾ ਨਾ ਹੋਵੇ ਸਹੀ ਗੱਲ ਹੈ ਤਾਂ ਬੁਰਾ ਹਾਲ ਹੋ ਜੇ। ਹਾਏ ਕਰਮੀ ਹਾਏ, ਹੁਣ ਕਹਿ ਤਾਂ ਦਿੰਦੇ ਆ ਬਾਈ ਵੀ ਘੜਿਆਂ ਦਾ ਪਾਣੀ ਪੀਆ ਕਰੋ, ਬਰਫ਼ ਦਾ ਮਾੜਾ, ਪਰ ਸਰਦਾ ਨਹੀਂ ਬਰਫ਼ ਬਿਨਾਂ। ਨਾ 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 ਨਾ, ਕੁੜੇ ਮਨਿੰਦਰ ਚਾਹ ਪੀਏਗਾ ਕਿ ਨਿੰਬੂ ਪਾਣੀ ਪੀਏਗਾ? ਮੈਂ ਤਾਂ ਦੋਨੇ ਕੁਛ ਪੀ ਲੂੰਗਾ ਭਾਈ। ਐਂ ਕਰੋ, ਪਹਿਲਾਂ ਤਾਂ ਤੁਸੀਂ ਮੈਨੂੰ ਨਿੰਬੂ ਪਾਣੀ ਬਣਾ ਦਿਓ। ਅੱਛਾ, ਤੇ ਫੇਰ ਬਣਾ ਦਿਓ ਤੁਸੀਂ ਮੈਨੂੰ। ਇਹ ਤਾਂ ਨਾ ਬਾਈ ਕਾਲਾ ਲਿਆ, ਉਹਦੇ ਦੋਸਤ ਦੇ ਘਰੇ ਸੀ, ਉਹਨੂੰ ਸੋਹਣੀ ਲੱਗੀ, ਕਹਿੰਦਾ ਮਾਂ ਚੱਲ ਜੀ ਲੱਗਿਆ ਰਿਹਾ ਕਰੂ ਸਾਰਾ ਦਿਨ, ਕਹਿੰਦਾ ਇਹਦੇ ਨਾਲ ਜੀ ਲੱਗਿਆ ਰਿਹਾ ਕਰੂਗਾ, ਤੁਸੀਂ ਕਮਾਲ ਕਰਦੇ ਹੋ। ਸਤਿ ਸ਼੍ਰੀ ਅਕਾਲ ਮੰਮਾ। ਸਤਿ ਸ਼੍ਰੀ ਅਕਾਲ, ਪਿੱਛੇ ਜਿਹੜੇ ਹੋ ਕੇ ਖੜ ਖੜ ਗਏ, ਕੀ ਹੋ ਗਿਆ ਮੰਮਾ? ਘਬਰਾਹਟ ਪਈ ਜਾਂਦੀ ਆ, ਉੱਤੇ ਉੱਤੇ ਡਿੱਗੀ ਉਹਨੂੰ। ਨਹੀਂ ਕੀ ਹੋਣਾ ਸੀ, ਇਹ ਤਾਂ ਮਿਲੀ ਤੂੰ ਡਰੀ ਜਾਂਦਾ ਤੇਰਾ ਮਾਮਾ। ਮਿਲੀ ਤੋਂ ਕੀ ਡਰੀ ਹੋਣਾਗਾ, ਮੇਰੀ ਗੱਲ ਉਧਰ ਬੰਦ ਕੇ ਕੁੱਤਾ ਬਹਿ ਗਿਆ, ਤੁਸੀਂ ਮੂਹਰੇ ਮਗਰ ਲੈ ਬਸਿਆ। ਮੈਂ ਤਾਂ ਕੁਝ ਨਹੀਂ ਕਹਿੰਦਾ, ਚੱਕ ਕੇ ਦੇਖ ਲੈ। ਉਹ ਨਾ ਮੈਂ ਨਹੀਂ ਲੱਗੇ ਆਣਾ, ਪਰ ਆਇਆ ਨੂੰ ਆਇਆ ਮੂੰਹ ਆਦਾ। ਚੰਗੀ ਇੱਥੇ ਨਾਮ ਨੇਕੀ ਦੇ ਦੀ ਮੈਨੂੰ, ਮੈਂ ਤਾਂ ਤੈਨੂੰ ਧੀਏ ਚੰਗਾ ਸਮਝਦਾ ਸੀਗਾ, ਤੇ ਤੂੰ ਕੀ ਕਰਤਾ? ਮੈਂ ਮਾਮਾ ਜੀ ਬਸ ਪੁੱਛੀ ਨਾ ਕੀ ਕਰਤਾ ਕੀ, ਚੱਲ ਫੇਰ ਦੱਸਾਂ ਗੱਲ। ਕੋਈ ਨਾ ਬਾਈ, ਕੋਈ ਨਾ, ਗੁੱਸਾ ਨਾ ਕਰ ਤੂੰ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਕੀ ਨੇ ਲੁੱਟੀ ਲਾਤੀ ਮੰਮੀ? ਹਾਂਜੀ ਮਾਮਾ ਜੀ, ਇਹ ਫਿਰ ਤਾਂ ਮੇਰੇ ਨਾਲ ਕਰਕੇ ਇਹਨੇ ਕੁਝ ਕਿਹਾ ਮੇਰੇ ਬਾਰੇ? ਨਾ ਮੈਂ ਕੀ ਕਹਿਣਾ, ਕੋਈ ਪਤਾ ਨਹੀਂ। ਤੂੰ ਕਿਵੇਂ ਬੋਲਦੀ ਹਾਂ?
ਸਾਰੀ ਭਾਜੀ ਮੇਰੀ ਗੱਲ ਕਿੱਡੇ ਕੁ ਪੈਸੇ ਏਡੇ ਜ਼ਿਆਦਾ ਹੋ ਗਏ ਸੀਗੇ, ਮੇਰੇ ਨਾਲੋਂ ਪੈਸੇ ਚੰਗੇ ਹੋ ਗਏ ਸੀ ਜੇ ਤੁਸੀਂ ਮੈਨੂੰ ਪੈਸੇ ਦੇ ਹੀ ਦਿੱਤੇ ਸੀ, 150,000 ਬੰਦਾ ਧਾਰਾ ਫੜ ਹੀ ਲੈਂਦਾ ਗਾ। ਉਹ ਆਪਦੇ ਭਾਂਜੇ ਨੂੰ ਪੁੱਛੋ, ਕਿਉਂਕਿ ਉਹਨੇ ਅੱਗ ਮਚਾਈ ਹੋਈ ਸੀ, ਮੈਂ ਤਾਂ ਤੁਹਾਨੂੰ ਕੱਢ ਕੇ ਉਹਦੀ ਫੜਾਤੇ ਸੀਗੇ ਪੈਸੇ ਮੇਰੇ ਕੋਲ ਪਏ। ਅੱਗੇ ਕਿਸ ਚੀਜ਼ ਤੋਂ ਜਵਾਬ ਦਿੱਤਾ ਮਾਮਾ ਜੀ ਮੈਨੂੰ? ਗੱਲ ਜਵਾਬ ਦੀ ਨਹੀਂ ਹੈਗੀ ਭਾਈ, ਤੂੰ ਤਾਂ ਮੇਰੀ ਬੇਇੱਜ਼ਤੀ ਕਰਦੀ। ਮੰਮੀ ਦੀ ਜਾਨ ਹੀ ਖਾਲੀ ਸੀ, ਪੈਸੇ ਵਿੱਚ ਰੋਜ਼ ਵਿੱਚ ਨਾ ਹੀ ਬੋਲ ਸਾਡੀ ਗੱਲ ਤੇ ਨਾ, ਮੈਂ ਕਿਉਂ ਨਾ ਪੈਸੇ ਮੈਂ ਦਿੱਤੇ ਸੀ ਨਾ, ਮੇਰੀ ਮੰਮੀ ਨਾਲ ਗੱਲ ਆ, ਤੂੰ ਵੀ ਜਵਾਬ ਤਾਂ ਤੂੰ ਹੀ ਦਿੱਤਾ ਸੀ। ਤੁਸੀਂ ਭਾਈ ਐਂ ਕਰੋ, ਦੋਹੇ ਜਣੀਆਂ ਇੱਕ ਦੂਜੇ ਦੇ ਸਿਰ 'ਚ ਸਿਰ ਮਾਰੋ ਤੇ ਪਰਾਂ ਜਾ ਕੇ ਲੜੋ, ਸਾਨੂੰ ਇੱਥੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ। ਗੁੱਸਾ ਕਿਉਂ ਕਰਦੇ ਹੋ? ਆਹੀ ਭਾਲਦੇ ਆ ਮੰਮਾ ਲੜਾਈ, ਖੜੀ ਰਹਿ ਇੱਥੇ, ਆ ਦੇਖ ਲੈ ਕਿਵੇਂ ਬੋਲਦੀ ਮੰਮਾ। ਮੈਨੂੰ ਐ ਸੀਗਾ ਮੈਂ ਉਹ ਹੋ ਗਈ, ਇਹ ਵੀ ਉਹ ਜੀ ਨਿਕਲੀ, ਠੀਕ ਹੈ ਨਾ, ਆ ਤੀਜੀ ਲਿਆ ਕੇ ਸਿਰ ਤੇ ਭਾਰ ਰੱਖੀ ਸੀ, ਇਹ ਵੀ ਪਤਾ ਨਹੀਂ ਕਿ ਚਾਹ ਚੁ ਬਣਾ ਲਾ ਮੰਮੇ ਵਾਸਤੇ। ਉਹ ਭਾਈ ਨਿੰਬੂ ਪਾਣੀ ਬਣਾ ਦੀ ਪਹਿਲਾਂ, ਮੈਨੂੰ ਨਹੀਂ ਬੱਤਾ ਬਣਾ ਦੀ। ਠੀਕ ਹੈ ਮੰਮਾ। ਮਾਮਾ ਜੀ ਮੇਰੀ ਗੱਲ ਸੁਣੋ, ਗੱਲ ਪੈਸਿਆਂ ਦੀ ਨਹੀਂ ਸੀ, ਹੈ ਨਾ, ਲਾਡੀ ਨੂੰ ਚਾਹੀਦੇ ਸੀਗੇ ਪੈਸੇ, ਉਹਨੇ ਤਾਂ ਮੰਮੀ ਨੂੰ ਕਹਿਤਾ, ਮੰਮੀ ਤਾਂ ਸਿਰਫ ਇੰਨਾ ਕਿਹਾ ਸੀ ਕਾਲੀ ਨੂੰ ਪੁੱਛ ਕੇ ਦੇ ਦਿਓ ਪੈਸੇ। ਦੇਖ ਲਾ ਕਾਲੀ ਨੇ ਪਹਿਲਾਂ ਵੀ ਜਵਾਬ ਦਿੱਤਾ ਤੁਹਾਨੂੰ ਪੈਸੇ ਦੇਣ ਤੋਂ, ਜੇ ਅਸੀਂ ਕਾਲੀ ਤੋਂ ਮੰਗੇ ਤਾਂ ਕਾਲੀ ਨੇ ਸਾਨੂੰ ਵੀ ਜਵਾਬ ਦਿੱਤਾ, ਫਿਰ ਅਸੀਂ ਤਾਂ ਕਿਸੇ ਨੂੰ ਕਹਿਣਾ ਹੀ ਸੀਗਾ ਪੈਸਿਆਂ ਦਾ। ਤੇ ਭਾਈ ਮੇਰੀ ਗੱਲ ਸੁਣੋ, ਮੈਂ ਕਿਹੜਾ ਲੈ ਕੇ ਭੱਜ ਗਿਆ ਸੀ, ਇਹ ਮਹੀਨੇ ਦਾ ਇਹ ਦੋ ਨਹੀਂ ਸੀ ਹੋਏ, ਤੁਸੀਂ ਤਾਂ ਜਮੀ ਨਹੀਂ ਦਿਲ ਜੇਰਾ ਰੱਖਿਆ ਹੈ। ਮੇਰੀ ਗੱਲ ਸੁਣ ਮਾਮਾ ਜੀ, ਨਹੀਂ ਲੈ ਕੇ ਭੱਜਦੇ ਸੀ, ਪਰ ਅਸੀਂ ਥੋੜਾ ਮੌਕਾ ਵਿਚਾਰਿਆ ਨਾ, ਤੁਹਾਨੂੰ ਪੈਸੇ ਦਿੱਤੇ ਨਾ, ਤੁਹਾਡੇ ਪਿੰਡ ਵਾਲੇ ਇੱਥੇ ਪਿੰਡ ਚ ਆਉਣਾ, ਤੁਹਾਡੇ ਪਿੰਡ ਵਾਲੇ ਸਾਰੇ ਮੈਨੂੰ ਰਿੱਛ ਮਾਮਾ ਰਿੱਛ ਮਾਮਾ ਰਿੱਛ ਮਾਮਾ ਕਹਿੰਦੇ ਆ, ਇਹ ਤੁਸੀਂ ਉਂਗਲਾ ਤੁਸੀਂ ਕਹਿਣ ਲਾਇਆ ਅਗਲਾ ਨੇ ਬਾਈ ਤਾਂ ਕਹਿੰਦੇ ਆ। ਮਾਮਾ ਜੀ ਮੈਂ ਤਾਂ ਕਦੀ ਨਹੀਂ ਕਿਹਾ, ਸਾਡੀ ਨੇ ਵੱਡੀ ਇਹਨੇ ਕਿਹਾ, ਇਹ ਗੱਲਾਂ ਫਲਾਉਂਦੀ ਆ, ਗੱਲਾਂ ਫਲਾਉਂਦੀ ਆ ਤੇ ਮੈਂ ਡਰਦਾ। ਮੰਮੀ ਜੀ ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਵੀ ਬਾਹਲਾ ਉਹਦੇ ਪੱਖ ਨਾ ਲਿਆ ਕਰੋ, ਹੈ ਪਤਾ ਹੀ ਨਹੀਂ ਕੀ ਗੱਲ ਆ, ਉਧਰ ਟੱਕਾ ਵੱਧ ਸਿੜਦੇ ਹੋ, ਮੇਰੀ ਗੱਲ ਤਾਂ ਤੁਹਾਨੂੰ ਚੰਗੀ ਕੋਈ ਚੰਗੀ ਲੱਗਦੀ ਨਹੀਂ। ਦੇਖ ਲੈ ਮੈਂ ਗੱਲਾਂ ਮੈਂ ਸਾਰੀਆਂ ਸੁਣ ਲਈਆਂ, ਕੀ ਹੁੰਦੀਆਂ ਕੀ ਨਹੀਂ ਹੁੰਦੀਆਂ ਮੈਂ ਸਾਰੀਆਂ ਸੁਣ ਲਈਆਂ। ਕਹਿੰਦੇ ਆ ਕਿ ਜੇ ਮਾਮਾ ਚੰਗਾ ਹੁੰਦਾ ਤਾਂ ਕਿ ਆਪਦਾ ਰੀਚਾਰਜ ਕਰਵਾ ਕੇ ਲੈ ਕੇ ਆਉਂਦਾ, ਰੀਚਾਰਜ ਤਾਂ ਮੇਰਾ ਹੁਣ ਵੀ ਨਹੀਂ ਹੈਗਾ, ਮੈਂ ਤਾਂ ਹੁਣ ਵੀ ਕਰਵਾਉਂਗਾ, ਮੇਰੇ ਭਾਣਜੇ ਤੇ ਮੈਂ ਉਹਨਾਂ ਦਾ ਮਾਮਾ ਬਾਈ। ਸਹੀ ਗੱਲ ਹੈ, ਠੀਕ ਹੈ ਨਾ ਮੰਮਾ ਜੀ, ਮੈਂ ਤਾਂ ਆਪ ਕਹਿੰਦੀ ਹਾਂ, ਮੈਂ ਤਾਂ ਤੈਨੂੰ ਕਹਿੰਦਾ ਅਗਲਾ, ਦੂਜੇ ਨੂੰ ਤਾਂ ਕੋਈ ਗੱਲ ਵੀ ਨਹੀਂ ਕਹਿੰਦਾ। ਲੈ ਮੰਮਾ ਪਾਣੀ ਪੀ ਲੈ ਠੰਡਾ। ਫਿਟੇ ਉਹ ਤੁਹਾਡਾ, ਹੁਣ ਮੈਂ ਇਹ 'ਚ ਪਾਣੀ ਪੀਊਂਗਾ, ਇਹਦੇ ਵਿੱਚ ਮੈਂ ਕੁੱਤਾ ਪਾਣੀ ਪਿੰਡ, ਤੂੰ ਮੈਨੂੰ ਸਿੱਧਾ ਹੀ ਕਹਿੰਦੇ ਵੀ ਮੈਂ ਲੱਕ ਲਵਾਂ ਕੇ ਪਾਣੀ ਜੀ, ਇਹ ਐਂ ਚਾਹੁੰਦੇ ਨੇ ਮੁੜ ਕੇ ਆਉਣ ਨਾ, ਤੇ ਮੇਰੇ ਤੋਂ ਪਾਣੀ ਨਾ ਮੰਗਣਾ, ਕੰਮ ਨਾ ਕਰਾਉਣ ਮੇਰੇ ਤੋਂ, ਨਾ ਇੰਨੀ ਕਕਲ ਤਾਂ ਤੈਨੂੰ ਹੈਗੀ ਆ ਵੀ ਪਾਣੀ ਗਲਾਸ 'ਚ ਫੜਾਈ ਦਿੰਦਾ, ਨਹੀਂ ਕੰਚ ਦਾ ਸਟੀਲ ਦੇ 'ਚ ਫੜਾ ਦੇ, ਆਹ ਕੀ ਮਤਲਬ ਹੋਇਆ? ਤੈਨੂੰ ਅਕਲ ਹੈ ਕਿ ਤੂੰ ਲਿਆ ਦਿੰਦਾ? ਆਹ ਦੇਖ ਆਹ ਦੇਖ, ਤੂੰ ਪਹਿਲਾਂ ਪੀ ਲਿਆ ਪਾਣੀ ਲੱਕ ਲਿਆ ਸੀ ਮੈਂ। ਆ ਲਓ ਮੰਮਾ ਜੀ ਆਹ ਪੀ ਲਓ, ਸ਼ਰਾਬ ਤਾਂ ਸੀ ਮੈਂ ਪਾਣੀ, ਘਰਾਨੇ ਕਰਦੀ ਕੁੜੀਆਂ ਹੀ ਹੁੰਦੀਆਂ। ਸ਼ਾਬਾਸ਼ ਜੀ ਧੀਏ, ਸ਼ਾਬਾਸ਼, ਗਰੀਬ ਘਰ ਦੇ ਲੈ ਜੀ ਚੁੰਨੀ ਹੈ ਤੇਰੀ, ਉਹ ਜਿਹਾ ਪਾਣੀ ਬਣਾ ਕੇ ਲੈ ਗਿਆ ਮੰਮਾ ਜੀ, ਗਰਮੀ ਬਹੁਤ ਹੈ ਨਾ, ਮੈਂ ਕਬ ਬਣਾ ਆਏ ਹੁੰਦਾ। ਹੁਣ ਤੁਸੀਂ ਭਾਈ ਮੇਰੇ ਸਾਹਮਣੇ ਨਾ ਉੱਤੇ ਚੜੀਆਂ ਖੜੀਆਂ ਰਹੋ, ਕੁਝ ਖਾਣ ਪੀਣ ਦਾ ਇੰਤਜ਼ਾਮ ਕਰੋ। ਮਮਾ ਇਹਨੂੰ ਤਾਂ ਨਾ ਹੀ ਕਹੋ, ਹਾਂ ਤੂੰ ਲਿਆ ਦੇ ਫਿਰ ਬਣਾ ਕੇ, ਤੂੰ ਐ ਕਰੋ ਤੁਸੀਂ ਇੱਧਰ ਮੇਰੀ ਗੱਲ ਸੁਣੋ ਭਾਈ, ਤੂੰ ਬਣਾ ਸਕਾਂਜੀ ਮੇਰੇ ਵਾਸਤੇ, ਤੂੰ ਚਾਹ ਬਣਾ ਨਾਲ ਬਿਸਕੁਟ, ਠੀਕ ਹੈ, ਤੇ ਤੂੰ ਭਾਈ ਰੋਟੀ ਪਾਣੀ ਦਾ ਇੰਤਜ਼ਾਮ ਕਰ, ਤੂੰ ਸੋਹਣੀ ਰੋਟੀ ਬਣਾਉਣੀ। ਫੋਨ ਆਈ ਜਾਂਦਾ ਤੇਰਾ? ਹਾਂ ਆ ਉਹ ਮੇਰਾ ਦੋਸਤ ਨਹੀਂ ਜਿਹੜਾ ਮਰਾਸੀ ਦਾ ਮੁੰਡਾ, ਉਹਦਾ ਫੋਨ ਆਈ ਜਾਂਦਾ ਹੈਗਾ, ਤੂੰ ਸੀ ਸਿਰ ਤੇ ਹਾਂ ਹੀ ਫੋਨ ਕਰਦਾ ਭਾਈ, ਇਹ ਤਾਂ ਤੈਨੂੰ ਉਹ ਮੇਰੇ ਪਿੰਡ ਗਿਆ ਹੋਇਆ ਸੀ ਨਾ, ਉਹ ਹੁਣ ਆਇਆ ਹੋਊਗਾ ਤਾਂ ਕਰਕੇ ਮੈਨੂੰ ਹੁਣ ਫੋਨ ਕੀਤਾ। ਹੈਲੋ, ਹਾਂ ਮੈਂ ਪਿੰਡ ਸੀ, ਇੱਧਰ ਭੈਣ ਕਹਿੰਦੀ ਆਇਆ ਸੀ, ਤੇ ਤੂੰ ਆ ਗਿਆ ਪਿੰਡੋਂ? ਅੱਛਾ ਅੱਛਾ ਅੱਛਾ, ਲੈ ਦੇਖ ਲਾ ਆਇਆ, ਮੇਰੇ ਤਾਂ ਜਮਾ ਨਹੀਂ ਹੁਣ, ਇਹ ਕਣਕ ਚ ਕੁਣਕ ਉੱਥੇ ਇਕੱਠੀ ਕਰਕੇ ਲੈ ਕੇ ਆਇਆ ਗਿਆ, ਨਾਲੇ ਸਾਰਾ ਉਹ ਕਰਕੇ ਆਇਆ ਗਾ, ਆ ਲੈ ਗੱਲ ਕਰ ਲੈ ਭੈਣ ਨਾਲ, ਇੱਥੇ ਬੈਠਾ ਸੀ, ਦੱਸੀ ਗੱਲ ਬਣਾ ਦੇ। ਹੈ ਨਾ ਨਾ, ਮੇਰੀ ਸਾਰਿਆਂ ਨਾਲ ਬਣਦੀ ਹੈ ਵਧੀਆ। ਹੈਲੋ, ਸਤਿ ਸ੍ਰੀ ਅਕਾਲ ਬਾਈ, ਹੋਰ ਕਿਵੇਂ? ਠੀਕ ਹੈ?
ਵਧੀਆ ਲੈ ਤੇਰੀਆਂ ਗੱਲਾਂ ਹੀ ਕਰੀ ਜਾਂਦਾ ਸੀ ਇੰਨੀ ਫੋਨ ਆ ਗਿਆ ਤੇਰਾ ਹਾਂ ਦੇਖ ਲੈ ਹੋਰ ਇਹ ਤਾਂ ਕਹਿੰਦਾ ਮਿੰਟ ਨਹੀਂ ਸਾਰਦਾ ਮੇਰੇ ਬਿਨਾ ਉਹ ਮੇਰੀ ਗੱਲ ਸੁਣ ਮੈਂ ਦੱਸਦਾ ਗੱਲ ਐਂ ਗੱਲ ਹੈ ਮੈਨੂੰ ਹੁਣ ਮੈਂ ਨਾ ਇੱਥੇ ਆ ਕੇ ਦੱਸਿਆ ਜਦੋਂ ਮੈਂ ਕਿਹਾ ਵੀ ਮੇਰੀ ਮਰਾਸੀਆਂ ਦੇ ਮੁੰਡੇ ਨਾਲ ਬੜੀ ਯਾਰੀ ਦੋਸਤੀ ਆ ਹੁਣ ਮੈਨੂੰ ਤਾਂ ਅੱਧਾ ਪਿੰਡ ਮਰਾਸੀਆਂ ਦੇ ਹੀ ਕਹਿਣ ਲੱਗ ਗਿਆ ਲੈ ਹਾਂ ਤੇ ਚੱਲ ਠੀਕ ਹੈ ਮੈਂ ਤੈਨੂੰ ਫੇਰ ਫੋਨ ਕਰੂੰਗਾ ਮੈਂ ਹੁਣ ਹਜੇ ਹੁਣੀ ਆਇਆ ਤੇ ਹਜੇ ਆ ਕੇ ਚਾਹ ਪਾਣੀ ਪੀਨਾ ਮੈਂ ਠੀਕ ਹੈ ਚੰਗਾ ਤੇ ਹੋਰ ਸੁਣਾ ਭੈਣ ਇਹ ਤਾਂ ਫੋਨ ਤਾਂ ਆਉਂਦਾ ਹੀ ਰਹਿੰਦਾ ਮੈਂ ਕਿੰਨਾ ਚੰਗਾ ਹੈ ਹਾਂ ਇਹ ਤਾਂ ਆਈ ਆ ਬਾਈ ਇਹ ਤੂੰ ਐਂ ਹਿਸਾਬ ਲਾ ਲਾ ਹੁਣ ਵੀ ਐਤਕੀ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਯਾਰ ਤੂੰ ਹੁਣ ਜਦੋਂ ਕਣਕ ਕੁਣਕ ਇਕੱਠੀ ਕਰੇਗਾ ਤੇ ਹੋਰ ਸਾਰਾ ਕੁਝ ਕਰੇਗਾ ਮੈਂ ਉਧਰੋਂ ਛੋਲੇ ਛਾਲੇ ਲਿਆਈ ਤੁਹਾਨੂੰ ਤਾਂ ਕੀ ਹੈ ਤੁਸੀਂ ਮੰਗ ਕੇ ਵੀ ਲਿਆਉਣੇ ਹੁੰਦੇ ਲੈ ਕੇ ਆਇਆ ਹੋਊਗਾ ਮੈਂ ਕਹਿ ਤਾ ਮੈਂ ਕਿਹਾ ਮੈਨੂੰ ਦੇ ਦੀ 5 ਕਿਲੋ ਛੋਲੇ ਰਾਜਸਥਾਨ ਦੇ ਬਰਾਨੀ ਛੋਲੇ ਕਿਤੇ ਮਿਲਦੇ ਆ ਬੜੀ ਬਾੜੇ ਚੰਗੇ ਹੁੰਦੇ ਆ ਹਾਂ ਉਹੀ ਤਾਂ ਗੱਲ ਹੈ ਤੇ ਉਹ ਕਹਿਣ ਨੂੰ ਕੀ ਕਹਿਣਾ ਪਰ ਮਿੱਠਾ ਨਹੀਂ ਪਾਇਆ ਦੇਖ ਲਾ ਅੱਛਾ ਬਸ ਇਹੋ ਜਿਹੀ ਕੰਮ ਹੈ ਅੱਜ ਕੱਲ੍ਹ ਦੇ ਕੁੜੀਆਂ ਨੂੰ ਕਿਹੜੇ ਕੰਮ ਆਉਂਦੇ ਨੇ ਬਸ ਇੱਕ ਤਰਲੇ ਮਾਰਦੀਆਂ ਚੱਲ ਕੋਈ ਗੱਲ ਨਹੀਂ ਇਹਦੇ ਵਿੱਚ ਤਾਂ ਹੈਗੀਆਂ ਕੇਲੇ ਫਲੀਆਂ ਚਾਰ ਕੁ ਮੈਂ ਖਾ ਲਏ ਸੀ ਉਹ ਮੈਂ ਦਰਜਨ ਕੁ ਲਏ ਸੀ ਲੈ ਜਾ ਕੁੜੀਆਂ ਨੇ ਅੰਦਰ ਅੱਛਾ ਤੇ ਤਾਂ ਕਰਕੇ ਤੇ ਹੋਰ ਦੱਸ ਹੁਣ ਪਹਿਲਾਂ ਘਰ ਬਾਰ ਦੀ ਇੱਥੇ ਦੀ ਖਬਰ ਸਾਰ ਦੇ ਮੈਨੂੰ ਤਾਂ ਖਬਰਸਾਰ ਕੀ ਦੇਵਾਂ ਬਸ ਤੈਨੂੰ ਦੱਸਿਆ ਤਾਂ ਸੀ ਫੋਨ ਤੇ ਇਹਨਾਂ ਤਾਂ ਦੋਨਾਂ ਜੀਆਂ ਨੇ ਅੱਗ ਮਚਾਤੀ ਅੱਛਾ ਹਾਂ ਮਾਮੇ ਨੂੰ ਕਿਉਂ ਦਿੱਤੇ 50,000 ਤੈਨੂੰ ਕੀ ਲੋੜ ਸੀ ਲਾਡੀ ਕਹਿੰਦਾ ਮਨਿੰਦਰ ਨੂੰ ਦੇਣ ਦੀ ਮੈਂ ਤਾਂ ਅੱਛਾ ਲਾਡੀ ਬੋਲਿਆ ਲਾਡੀ ਵਾਧੂ ਬੋਲਿਆ ਉਂਗਲ ਲਾਈ ਹੋ ਨਾ ਇਹਨਾਂ ਨੇ ਉਂਗਲ ਲਾਈ ਹੋ ਗਈ ਤੇ ਕਹਿੰਦੇ ਕਿ ਚਾਹੇ ਤਾਂ ਸਾਨੂੰ ਤੁਮਾ ਵੇਚ ਕੇ ਦੇ ਤੂੰ ਮੈਨੂੰ ਦੱਸ ਹੀ ਦਿੱਤਾ ਸੀ ਮੋਹਰਾ ਵੇਚ ਦੇ ਮੈਂ ਚੱਲ ਮੋਹਰਾ ਤਾਂ ਨਾ ਕਾਹਨੂੰ ਮਖਾ ਉਹ ਜਿਹੜੇ ਅੱਬਾਂ ਕਾਟੇ ਹੋਏ ਸੀ ਮਾਂ ਨੇ ਪਾਏ ਸੀ ਨਾ ਉਹ ਵੇਚਦੀ ਸੀ ਫਿਰ ਇਹਨੇ ਹਰਪ੍ਰੀਤ ਵਾਗੀ ਹਰਪ੍ਰੀਤ ਕਹਿੰਦੀ ਮਾਂ ਤੂੰ ਇਹ ਨਾ ਵੇਚ ਤੇ ਮੈਂ ਕਾਲੇ ਨੂੰ ਦੇ ਦੂੰਗੀ ਫਿਰ ਕਾਲੇ ਨੇ ਲਿਆ ਕੇ ਦਿੱਤਾ 50,000 ਕਹਿੰਦਾ ਕੋਈ ਗੱਲ ਨਹੀਂ ਜੇ ਮਾਮਾ ਲੈ ਗਿਆ ਸੀ ਮੋੜਦਾ ਦਾ ਐਂ ਕਿਉਂ ਅੱਗ ਮਚਾਉਂਦੇ ਹੋ ਲਾਡੀ ਕਹਿੰਦਾ ਮੇਰੀ ਤਾਂ ਗੱਡੀ ਏਸੀ ਖਰਾਬ ਹੋ ਗਿਆ ਹੋਰ ਕੰਮ ਕਰਾਉਣ ਵਾਲਾ ਪਿਆ ਗੱਡੀ ਵਰਕਸ਼ਾਪ 'ਚ ਖੜੀ ਹੈ ਕਹਿੰਦਾ ਮੇਰੀ ਤਾਂ ਨਾ ਤੈਨੂੰ ਹਰਪ੍ਰੀਤ ਨੇ ਕਹੀ ਗੱਲ ਹਰਪ੍ਰੀਤ ਨੇ ਕਹੀ ਹੈ ਮੈਨੂੰ ਇਹ ਗੱਲ ਉਹਦਾ ਕਿੱਥੋਂ ਦੇ ਰਿਹਾ ਜਿਹਾ ਪੈ ਗਿਆ ਵੀ ਤੈਨੂੰ ਆਫ ਕਰਤਾ ਕਹਿਤੀ ਪਤਾ ਨਹੀਂ ਬਾਈ ਮੈਨੂੰ ਤਾਂ ਉਤਲੇ ਮਨੋਂ ਕਹਿਤੀ ਕਿਉਂ ਨਹੀਂ ਅੰਦਰਲੇ ਮਨੋਂ ਕਹਿਤੀ ਪਰ ਉਹ ਕਹਿੰਦੀ ਕਾਂਟੇ ਨਾ ਵਿੱਚ ਫੜ ਕਹਿੰਦੀ ਰੱਖ ਤੇਰੇ ਕਾਂਟੇ ਆ ਤੂੰ ਸਾਂਭੀ ਰੱਖ ਤੇ ਤੂੰ ਆ ਪੈਸਿਆਂ ਨਾਲ ਮਾਫੀ ਕਹਿ ਦੂੰ ਕਹਿੰਦੀ ਅੱਛਾ ਹਾਂ ਲੈ ਕਮਾਲ ਹੋ ਗਈ ਤਾਂ ਸੂਰਜ ਦੂਜੇ ਪਾਸੇ ਚੜਨ ਵਾਲੀ ਗੱਲ ਇਹਨੂੰ ਵੀ ਕਿਹਾ ਸੀ ਕਹਿੰਦੀ ਹੁਣ ਤੂੰ ਮਾਮੇ ਦੀ ਬੇਇੱਜ਼ਤੀ ਕਰੀ ਜਾਂਦੀ ਆ ਕਹਿੰਦੀ ਫਿਰ ਕੀ ਹੋ ਗਿਆ ਜੇ ਮਾਮਾ ਪੈਸੇ ਲੈ ਗਿਆ ਲੈ ਕਹਿੰਦੀ ਮਾਮਾ ਤਾਂ ਮੈਂ ਕਹਿ ਕੇ ਗਿਆ ਸੀ ਮਹੀਨੇ ਵਾਸਤੇ ਵੀ ਮਹੀਨੇ ਨੂੰ ਮੋੜ ਦੂੰ ਕਹਿੰਦੀ ਹੋ ਗਏ ਕਹਿ ਮਹੀਨੇ ਕਹਿੰਦੀ ਹੁਣ ਤਾਂ ਨਾ ਹੀ ਨਹੀਂ ਲਿਆ ਕਹਿੰਦੀ ਮੁੜ ਕੇ ਆ ਕੇ ਵੀ ਨਹੀਂ ਖੜਾ ਮਾਮਾ ਲੈ ਕਮਾਲ ਹੋ ਗਈ ਮੈਂ ਤਾਂ ਉਹਨੂੰ ਐਡਾ ਭੱਜ ਭੱਜ ਕੇ ਪੈ ਗਿਆ ਭੱਜ ਭੱਜ ਕੇ ਪੈ ਗਿਆ ਸੀ ਉਹ ਤਾਂ ਬਾਹਲਾ ਸੋਚਿਆ ਤੇਰੇ ਵਾਸਤੇ ਤੂੰ ਐਂ ਕਰ ਉਹਨਾਂ ਨੂੰ ਸਦਕਾ ਮੜਾ ਜਾ ਉਰਾ ਬੁਲਾ ਲੈ ਇਹਨਾਂ ਨੂੰ ਕੁੜੇ ਹਰਪ੍ਰੀਤ ਉਰੇ ਆ ਹੋਰ ਮੈਂ ਤਾਂ ਗਲਤੀ ਹੋ ਗਈ ਬਸ ਬੈਠ ਬੈਠਦੇ ਉਹ ਹੋ ਗਿਆ ਹਲੇ ਮੈਨੂੰ ਨੀ ਸੀ ਪਤਾ ਵੀ ਭਾਈ 50,000 ਦਾ ਤੂੰ ਕਾਲੀ ਨੂੰ ਕਹਿਤਾ ਸੀਗਾ ਚੱਲ ਕੋਈ ਗੱਲ ਨੀ ਫਿਰ ਕਹਿੰਦਾ ਲੈ ਮੇਰੀ ਗੱਲ ਸੁਣ ਹੁਣ ਐਂ ਕਰ ਇਹਦੇ ਚ ਕੇਲੇ ਫਲੀਆਂ ਨੇ ਤੇ ਇਹ ਤੂੰ ਰੱਖ ਲੈ ਇਹ ਖਾ ਲਿਓ ਤੁਸੀਂ ਇਹ ਤੁਸੀਂ ਖਾਣੇ ਮਨਿੰਦਰ ਨੂੰ ਨਹੀਂ ਦੇਣਾ ਮੈਂ ਦੱਸਾਂਗਾ ਠੀਕ ਹੈ ਨਾ ਹਾਂ ਤੇ ਨਾਲੇ ਨਾ ਮੇਰੀ ਗੱਲ ਸੁਣ ਵਧੀਆ ਤਾਂ ਰਲ ਮਿਲ ਕੇ ਰਿਹਾ ਕਰੋ ਠੀਕ ਹੈ ਨਾ ਨਾਲੇ ਕਾਲੇ ਨੂੰ ਕਹੀ ਵੀ ਮਾਮਾ ਲਿਆ ਕੇ ਦੇ ਕੇ ਗਿਆ ਮੈਨੂੰ ਪਰ ਹੁਣ ਮੈਂ ਇੱਥੇ ਹੀ ਮੈਂ ਕਿਹੜਾ ਜਾਣਾ ਮੈਂ ਤਾਂ ਕਮਲਿਆਂ ਮਾਰੀ ਜਾਂਦਾ ਹੋਏਗਾ ਤੁਹਾਨੂੰ ਹੁਣ ਜਾਣ ਵੀ ਨਹੀਂ ਦਿੰਦੇ ਅਸੀਂ ਹਾਂ ਬਸ ਲੈ ਮੇਰੀ ਛੋਟੀ ਨੂੰ ਵੱਡੀ ਨੂੰ ਹਜੇ ਮੇਰੀ ਵੀ ਆਉ ਕਰੂਗੀ ਸੇਵਾ ਲੈ ਕੋਈ ਗੱਲ ਨਹੀਂ ਪੁੱਤ ਆ ਕੇਲੇ ਫਲੀਆਂ ਖਾਓ ਹੁਣ ਤੁਸੀਂ ਠੀਕ ਹੈ ਹਾਂ ਤੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਲਓ ਨਾਲੇ ਉਹਨਾਂ ਨੂੰ ਕਹਿੰਦੇ ਬੈਠੀਆਂ ਕੀ ਕਰਦੀਆਂ ਉੱਥੇ ਲੈ ਮੈਨੂੰ ਤਾਂ ਪਤਾ ਨਹੀਂ ਸੀ ਅਸਲੀ ਤਾਂ ਆਹ ਨੂੰ ਆ ਦੀ ਜਿਹੜੀ ਆਪਣੀ ਵਧੀਆ ਆ ਕਰਦੀ ਉਹ ਤਾਂ ਹੁਣ ਉਹ ਲਿਆ ਰੱਖੀ ਐ ਭੂਆ ਦੀ ਕੁੜੀ ਸਾਥ ਰੱਖੀ ਐ ਪਰਮ ਨੂੰ ਮੈਨੂੰ ਤਾਂ ਵੀ 4 ਮਹੀਨੇ ਤੁਸੀਂ ਇੱਥੇ ਖਵਾਈ ਜਾਂਦੇ ਨੂੰ ਹੋ ਗਏ ਐ ਖਵਾਈ ਜਾਂਦੇ ਕੀ ਬਾਈ ਮੇਰਾ ਪੱਕਾ ਹੀ ਤੋੜ ਦਿੱਤਾ ਇਹਨੇ ਤਾਂ ਤੱਪਾ ਹੀ ਰਹਿੰਦੀ ਐ ਜੇ ਹੁਣ ਬਾਈ ਮੈਂ ਇੱਕ ਕਹਿੰਦੀ ਐ ਮੇਰਾ ਦਿਮਾਗ ਆਈ ਘੁੰਮੀ ਜਾਂਦਾ ਵੀ ਜੇ ਅਸੀਂ ਦਵਾਈ ਨੂੰ ਕਿਤੇ ਉਹਨੂੰ ਕਹਿੰਦੇ ਆ ਸਾਡੇ ਨਾਲ ਦਵਾਈ ਨੂੰ ਵੀ ਲੈਣ ਜਾਂਦੀ ਉਹ
ਹਾਂ ਜੀ ਵੀ ਚੱਲ ਬੱਚਾ ਹੋਣ ਵਾਲਾ ਹੈ, ਚੱਲ ਆਪਾਂ ਸੋ ਦਵਾਈ ਬੂਟੀ ਲੈਣੇ ਆ, ਨਾ ਤਾਂ ਸਾਡੇ ਨਾਲ ਜਾਵੇ ਤੇ ਜੇ ਲਾਡੀ ਕਹਿੰਦਾ ਲਾਡੀ ਨੂੰ ਵੀ ਕਹਿ ਦਿਓ ਵੀ ਮੇਰੀ ਦਵਾਈ ਪਈ ਆ। ਫਿਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਗੱਲ ਹੈ ਇਹ। ਮੈਨੂੰ ਤਾਂ ਦੇਖ ਤੂੰ ਕਹੇਂਗੀ ਬਾਈ ਕਿਹੋ ਜਿਹੀ ਗੱਲ ਕਰਦਾ, ਮੈਨੂੰ ਤਾਂ ਊਂ ਵੀ ਨਹੀਂ ਲੱਗਦੀ ਐ ਵੀ ਜਵਾਬ ਜੱਲੇ ਹੋਣ ਵਾਲਾ ਗਾ ਤਾਂ। ਹੈਂ ਆਈ ਕਹਿਣੀ ਐ ਬਾਈ ਮੈਂ ਤੇ ਚੱਲ ਨਾ, ਮੈਨੂੰ ਉਹਨੇ ਕਦੇ ਐਂ ਕਿਹਾ ਵੀ ਮੰਮੀ ਮੈਂ ਆਹ ਚੀਜ਼ ਖਾਣੀ ਐ, ਮੈਨੂੰ ਆਹ ਲਿਆ ਦੇ ਜਾਂ ਮੈਂ ਉੱਥੇ ਜਾਣਾ ਜਾਂ ਆਹ ਕਰਨਾ, ਨਾ ਕੁਛ ਨਹੀਂ। ਮੇਰੀ ਗੱਲ ਸੁਣ, ਇੱਕ ਤੇ ਤੈਨੂੰ ਚੱਕਰਾਂ ਚ ਤਾਂ ਨਹੀਂ ਬਾਈ ਬੈਠੀ, ਝੂਠ ਬੋਲੀ ਜਾਂਦੀ ਹੋਵੇ ਤੂੰ। ਕੀ ਤਾਂ ਬਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ, ਫਿਰ ਲਾਡੀ ਨਹੀਂ ਨਾ ਮੰਨਦਾ, ਲਾਡੀ ਤਾਂ ਉਹਦੇ ਮਗਰ ਦਾ ਰਿਹਾ। ਹੁਣ ਅੱਜ ਜੇ ਅਸੀਂ ਮਾੜੀ ਜਿਹੀ ਗੱਲ ਕਹਿੰਦੇ ਹਾਂ ਤਾਂ ਸਾਨੂੰ ਲੜਨ ਨੂੰ ਪੈਂਦਾ ਵਾ ਲਾਡੀ ਦਾ। ਤੂੰ ਬੇਵੇ ਕਰ ਰਿਹਾ ਹੁਣ, ਇਹ ਗੱਲ ਤੂੰ ਮੇਰੇ 'ਤੇ ਛੱਡ ਦੇ, ਮੈਂ ਜਾਣਾ ਤੇ ਮੇਰਾ ਕੰਮ ਜਾਣੇ, ਤੈਨੂੰ ਆਹ ਗੱਲ ਦਾ ਸਾਰਾ ਪਾਰ ਨਿਤਾਰਾ ਕਰਕੇ ਦਿਖਾਉਂਦਾ। ਸਾਰੀਆਂ ਖੋਜਾਂ ਤੇਰੀਆਂ ਪੂਰੀਆਂ ਕਰ ਦੂੰ ਤੇ ਮੇਰੀ ਗੱਲ ਸੁਣ, ਤੈਨੂੰ ਮੈਂ ਗੱਲ ਹੋਰ ਕਹਿਣੀ ਆ। ਉਹ ਹੁਣ ਫੇਰ ਆਪਾਂ ਕਾਂ ਜੀ ਨੂੰ ਦਸ ਹਫ਼ਤਾ ਜਿਹਾ ਕਰਦੇ ਸੀਗੇ ਇੱਕ, ਹਾਂ ਉਹ ਮੈਨੂੰ ਆਏ ਸੀਗੇ ਮੈਂ ਚੱਲ ਵਪਾਰ ਜਿਹਾ ਚਲਾ ਲੈਂਦਾ, ਹੁਣ ਕੰਮ ਕਾਰ ਦਾ ਤਾਂ ਹੁਣ ਹੈ ਨੀ ਮੇਰੇ ਕੋਲ। ਝੋਟੀ ਵਧੀਆ ਜੁਮਾ ਬਹੁਤ ਵਧੀਆ ਲੈ, ਉਹਦਾ ਦੁੱਧ ਦੁੱਧ ਬਾਅਦ ਪਾਉਂਦੇ ਹਾਂ, ਸਾਰਾ ਕੁਛ ਪੈਸਾ ਮੈਂ ਰੱਖਦਾ ਆਪੇ, ਮੈਂ ਉਹਨੂੰ ਕਿਹਾ ਹੋਇਆ ਸੀ ਹਫ਼ਤਾ ਮਹਾਂ ਜਿਹੜੀ ਇਹਦੇ ਪੇਕਿਆਂ ਦੀ ਗਾਂ ਗੀ ਆਪਦੀ ਰੱਖੀ ਰੱਖੇ ਤੇ ਆਹ ਝੋਟੀ ਦੇ ਜਿੰਨੇ ਪੈਸੇ ਬਣਦੇ ਸਾਰੇ ਮੈਂ ਲਾਊਂਗਾ। ਆਹ ਵੀ ਗੱਲ ਕਹਿੰਦਾ ਸੀ ਲਾਡੀ, ਕਹਿੰਦਾ ਮੂਨ ਵਰਗੀ ਝੋਟੀ ਲਿਆਂਦੀ ਆ ਕਿ ਕਹਿੰਦੇ ਆ ਕਿ ਝੋਟੀ ਖਰਾਬ ਹੋ ਗਈ, ਝੋਟੀ ਖਰਾਬ ਕਹਿੰਦਾ ਵਧੀਆ ਬਣੀ ਆ। ਮੈਂ ਹੁਣ ਕਹਾਂ ਕੀ, ਫਿਰ ਗੱਲ ਤਾਂ ਹੋ ਗਈ, ਪਤਾ ਸੀ ਹੁਣ ਕਹਾਂ ਕੀ ਤੇ ਫਿਰ ਹੁਣ ਸੱਚ ਦੱਸ ਕੀ ਕਹਿੰਦਾ। ਉਹ ਮੈਂ ਤਾਂ ਐਂ ਕਹਿੰਦਾ ਮੈਂ ਕਿਹਾ ਵੀ ਗਾਂ ਜੀ ਦੇਖੀ ਇੱਕ, ਅੱਛਾ ਤੇ ਮੇਰੇ ਕੋਲ ਥੋੜੇ ਜਿਹੇ ਪੈਸੇ ਘੱਟਦੇ ਆ ਤੇ ਇਹ ਹੁਣ ਤੂੰ ਹੱਲ ਕਰਨਾ ਮੇਰਾ, ਠੀਕ ਹੈ ਬਸ ਆਹੀ 30-40 ਹਜ਼ਾਰ ਰੁਪਏ ਘੱਟਦਾ, 30-40 ਹਜ਼ਾਰ ਰੁਪਏ ਮੈਂ ਰੱਖੀ ਬੈਠਾਂਗਾ ਵਧੀਆ। ਫਿਰ ਮੰਮਾ ਜੀ ਚਾਹ ਬਣ ਕੇ ਇੱਥੇ ਲਿਆਵਾਂ ਕਿ ਨਾ? ਮੈਂ ਨਹੀਂ ਪੀਣੀ ਚਾਹ, ਬਗ ਜਾ ਤੂੰ, ਮੈਂ ਨਹੀਂ ਪੀਣੀ ਤੇਰੇ ਹੱਥ ਦੀ ਚਾਹ, ਬਸ ਆਪ ਹੀ ਤਾਂ ਕਿਹਾ ਸੀ ਮੈਂ ਨਹੀਂ ਪੀਣੀ ਜਦੋਂ ਚਾਹ ਮੈਂ ਕਹਿੰਦਾ, ਜਦੋਂ ਗੱਲ ਕੀ ਹੋ ਗਈ ਮੰਮੀ ਜੀ ਜੋ ਮਰਜ਼ੀ ਹੋਈ ਹੋਵੇ ਅਸੀਂ ਗੱਲ ਕਰੀ ਜਾਂਦੇ ਦੋਨੇ ਭੈਣ ਭਰਾ, ਤੂੰ ਚਾਹ ਬਗ ਜਾ ਭਈ ਇੱਥੋਂ। ਚੱਲ ਕੋਈ ਨਾ ਠਹਿਰ ਕੇ ਪੀ ਲੂਗਾ, ਫਿਰ ਨਿੰਬੂ ਪਾਣੀ ਹੋਰ ਬਣਾ ਦਿੰਦੀ ਹੈ, ਅਜੇ ਤਾਂ ਮਿੱਠਾ ਨਹੀਂ ਪਾਇਆ ਪਰ ਮੈਂ ਉਹ ਆਪੇ ਲੈ, ਮੇਰੀ ਗੱਲ ਸੁਣ ਹਰਪ੍ਰੀਤ ਕਰ ਦੂਗੀ ਆਪੇ, ਭਾਈ ਤੂੰ ਜਾ ਤੂੰ ਜਾ ਬਗ ਜਾ, ਤੱਕ ਰੰਗ ਲਾਤੇ ਕੋਈ ਗੱਲ ਨਹੀਂ, ਰੰਗ ਲਾਵੇ ਨਾ ਲਾਵੇ ਕੁੜੀ ਉਹ ਕਰੇ ਲੱਗ ਰਿਹਾ ਸਾਨੂੰ ਮਨਜ਼ੂਰ ਹੈ, ਠੀਕ ਹੈ ਨਾ, ਆਪਦਾ ਉੱਥੇ ਜਾ ਕੇ ਰਹਿ ਆਪਦਾ ਕੰਮ ਕਰ ਜਿਵੇਂ ਤੂੰ ਕਰਨਾ। ਮਾਮਾ ਜੀ ਕਿਉਂ ਘਾਬਰ ਰਹੇ ਹੋ, ਚਲ ਗਲਤੀ ਹੋ ਗਈ, ਨਾਲੇ ਮੈਂ ਪੈਸੇ ਨਹੀਂ ਮੰਗੇ ਸਰ ਹੁਣ। ਉਹ ਅਸੀਂ ਤਾਂ ਪੈਸਾ ਵਾਲੀ ਗੱਲ ਨਹੀਂ ਕੀਤੀ ਭਾਈ, ਆਪਨੇ ਤੇਰੇ ਮੂਰੇ ਹੱਥ ਫੜ ਗਏ, ਠੀਕ ਹੈ ਨਾ, ਨਾ ਮੇਰਾ ਅੱਜ ਤੋਂ ਬਾਅਦ ਤੇਰੇ ਨਾਲ ਲੱਖ ਨਾ ਮੈਨੂੰ ਬੁਲਾ ਦੇਣਾ, ਮੈਂ ਤਾਂ ਬੋਲਾਂ ਕੋਈ ਗੱਲ ਨਹੀਂ, ਮੈਂ ਫਿਰ ਹਰਪੀ ਦੇ ਅੱਗੇ ਰੋਟੀਆਂ ਖਾ ਕੋਈ ਹਰਪੀ ਦੇ ਅੱਗੇ ਖਾ ਲਾਂਗੇ, ਕੋਈ ਨਾ ਖਵਾ ਦੂੰਗੀ। ਦੇਖ ਲਾ ਹੰਕਾਰ ਦੇ ਕਿਵੇਂ ਉੱਚਾ ਕਰਕੇ ਤੁਰਦੀ ਹੈ, ਐਂ ਕਰਦੀ ਹੈ, ਉਹ ਤਾਂ ਦੇਖ ਕੇ ਰਾਜੀ ਨਹੀਂ, ਉਹਨੂੰ ਤਾਂ ਹੁਣ ਆਏ ਲੱਗਿਆ ਪਿਆ ਇਹਨੂੰ ਵੀ ਕਿਹੜੇ ਵੇਲੇ ਕੱਢਦਾ ਹਰਪ੍ਰੀਤ ਨੂੰ ਘਰੋਂ। ਲੈ ਬਸ ਉਹ ਕੰਮ ਮੈਂ ਕਰਦਾ, ਸਭ ਤੋਂ ਪਹਿਲਾਂ ਤਾਂ ਭਾਈ ਤੂੰ ਮੈਨੂੰ ਨਾ ਆਹ ਰੀਚਾਰਜ ਕਰਾਉਣ ਵਾਸਤੇ ਭੇਜ ਇਹਨਾਂ ਨੂੰ ਕਿਸੇ ਨੂੰ, ਮੇਰਾ ਰੀਚਾਰਜ ਕਰਾ ਕੇ ਦਿਓ, ਕਿਉਂਕਿ ਫਿਰ ਮੈਂ ਨਾਲ ਤਾਂ ਮੈਂ ਆਹ ਕੀ ਨਾਲ ਹਰਪ੍ਰੀਤ ਸਿੱਧੂ ਵਾਲੇ ਚੈਨਲ ਦੇ ਉੱਤੇ ਉਹ ਦੇਖਣੇ ਹੁੰਦੀਆਂ ਫਿਲਮਾਂ। ਚੱਲ ਮੈਂ ਦੇਖਦੀ ਹਾਂ ਲਾਡੀ ਨੂੰ ਆ ਜਾਣ ਦੇ, ਪਤਾ ਨਹੀਂ ਤਾਂ ਲਾਡੀ ਨੂੰ ਤਾਂ ਛੱਡ ਬਰੇ ਤੇ ਤੂੰ ਐਂ ਕਰ, ਤੂੰ ਆਪ ਵਿੱਚ ਜਾ ਬਗ ਜਾ, ਮੈਂ ਜਾ ਗਿਆ ਨਾਲ ਹੀ ਦੁਕਾਨ ਤੇ ਕਰਦੇ ਆ, ਦੁਕਾਨ ਦੇ ਉੱਤੇ ਕਰਵਾ ਲੈ। ਮੈਂ ਤੈਨੂੰ ਆਈ ਕਹਿੰਦੀ ਸੀ ਜਿਹੜਾ ਤੂੰ 30-40 ਹਜ਼ਾਰ ਕਹਿੰਦਾ ਜਾਂ ਤਾਂ ਤੂੰ ਮੋਹਰਾ ਲੈ ਜਾ, ਹਾਂ ਮੋਹਰਾ ਲਿਆ ਕੇ ਤੂੰ ਗੱਲ ਕਰ ਲਈ ਉੱਥੇ, ਮੈਂ ਕਿਹੜੇ ਇਹਨਾਂ ਨੂੰ ਨਾ ਤਾਂ ਮੈਂ ਲਾਡੀ ਕੋਲੇ ਗੱਲ ਕਰਾਂ, ਨਾ ਨਾ ਕਾਲੇ ਨੂੰ ਦੱਸਾਂ, ਨਾ ਮੈਂ ਇਹਨੂੰ ਹਰਪ੍ਰੀਤ ਤੇ ਮਿਲਾਂ। ਗੱਲ ਇੱਕ ਹੋਰ ਆ ਨਾ, ਜੇ ਮੈਂ ਇੱਥੋਂ ਮੋਹਰਾ ਲੈ ਗਿਆ ਤੇ ਗਾਂ ਤੇਰੀ ਭਰਜਾਈ ਬੇਈਮਾਨ ਹੋ ਜੂਗੀ। ਤੂੰ ਉਹਨੂੰ ਵੀ ਨਾ ਦੱਸੀ, ਤੂੰ ਉਹਨੂੰ ਨਾ ਦੱਸੀ, ਬਾਹਰ ਦੀ ਵਾਰ ਕੰਮ ਕਰ ਲਈ ਆਪਦਾ, ਦੱਸੀ ਨਾ ਉਹਨੂੰ, ਵੇਚ ਦੇ, ਵੇਚਦੀ ਫਿਰ ਜੇ ਵੇਚਣੀਆਂ ਤਾਂ, ਜੇ ਉਹ ਰੱਖਣੀਆਂ ਜੇ ਰੱਖਣੀਆਂ ਮੈਂ ਰੱਖ ਲਿਆ, ਤੂੰ ਗਹਿਣੇ ਰੱਖ ਦੇ, ਗਹਿਣੇ ਰੱਖ ਦੇ, ਗਹਿਣੇ ਰੱਖ ਦੇ, ਛੜਾ ਮੈਂ ਆਪ ਹੀ ਲਊਂ, ਤੈਨੂੰ ਥੋੜੇ ਥੋੜੇ ਪੈਸੇ ਕਰਕੇ ਦੇ ਜਾਊਂਗੀ। ਲੈ ਹਾਲਾ ਵਧੀਆ ਕੀਤਾ ਤਾਂ, ਫਿਰ ਮੈਂ ਹੁਣ ਇਹੀ ਕਰੂੰਗਾ, ਬਸ ਫਿਰ ਮੈਂ ਬੇਫਿਕਰ ਹੁਣ ਇਸ ਗੱਲ ਤੋਂ, ਤੂੰ ਬੇਫਿਕਰ ਰਹਿ, ਤੇਰਾ ਪੈਸਿਆਂ ਦਾ ਹੱਲ ਮੈਂ ਆਪ ਹੀ ਕਰ, ਬਸ ਬਸ ਠੀਕ ਹੈ। ਲੈ ਮੈਨੂੰ ਪਤਾ ਹੀ ਸੀ ਜਦੋਂ ਮੇਰੀ ਭੈਣ ਬੈਠੀ ਹੈ, ਠੀਕ ਹੈ ਨਾ, ਇਹ ਤਾਂ ਪੁਰਾਣੀਆਂ ਗੱਲਾਂ ਸੀ, ਲੋਕ ਕਹਿੰਦੇ ਹੁੰਦੇ ਸੀ ਭੈਣ ਦੇ ਘਰ ਦਾ ਪਾਣੀ ਨਹੀਂ ਪੀਣਾ ਹੁੰਦਾ, ਮਰ ਜਾਂਦੇ ਲੋਕ ਪਕਾਈ, ਤੇ
ਭੈਣ ਭਰਾਵਾਂ ਦਾ ਪਿਆਰ ਬਹੁਤ ਪਿਆਰ ਹੁੰਦਾ ਠੀਕ ਹੈ ਤੇ ਬਸ ਤੂੰ ਇਹ ਨਾ ਤਾਂ ਲਾਡੀ ਕੋਲੇ ਕੋਈ ਗੱਲ ਕਰੀ ਨਾ ਕਰੀ ਕਾਲੇ ਕੋਲ ਲੈ ਮੈਂ ਕੋਈ ਨਹੀਂ ਕਰਦਾ ਹੁਣ ਤੂੰ ਐਂ ਕਰ ਹੁਣ ਮੈਨੂੰ ਇੱਥੇ 10 ਮਿੰਟ ਆਰਾਮ ਕਰ ਲੈਣ ਦੇ ਠੀਕ ਹੈ ਮੇਰੇ ਵਾਸਤੇ ਵਧੀਆ ਸੋਹਣੀ ਰੋਟੀ ਘਿਓ ਪਾ ਦੀ ਚੰਗਾ ਠੀਕ ਹੈ ਇੱਕ ਚਟਨੀ ਕੁੱਟ ਦੀ ਪਹਿਲੇ ਚਾਹ ਨਹੀਂ ਪੀਂਦਾ ਨਾ ਹੁਣ ਚਾਹ ਨੂੰ ਛੱਡ ਪਾ ਰੋਟੀ ਖਾਊਂਗਾ ਠੀਕ ਹੈ ਮੇਰਾ ਤੇ ਰੋਟੀ ਖਾ ਕੇ ਤੇ ਘਿਓ ਪਾ ਦੀ ਨਾਲੇ ਦਹੀਂ ਰੱਖ ਦੀ ਠੀਕ ਹੈ ਹਾਂ ਦਹੀਂ ਵੀ ਘਿਓ ਵੀ ਪਾ ਦੀ ਤੇ ਨਾਲ ਸ਼ੱਕਰ ਹੈਗੀ ਹੈ ਬਿਨਾ ਰੀਚਾਰਜ ਤਾਂ ਨਾ ਬਸ ਗੱਲ ਜੀ ਬਣਦੀ ਨੀ ਫੋਨ ਕਰਨੀ ਮੈਂ ਦੇਖੀ ਚਲੋ ਬਸ ਕੀ ਕਰੇ ਸਾਰਾ ਦਿਨ ਲੱਗੋ ਲੱਗ ਹੋਈ ਰਹੀ ਹੈ ਤੈਨੂੰ।